ਯਦਵਿੰਦਰ ਜੀ ਤਿੰਨ ਮੈਂਬਰੀ ਕਮੇਟੀ ਬਣੀ ਆ ਪਹਿਲਾਂ ਹਾਈ ਕਮਾਂਡ ਚੁੱਪ ਸੀ ਹੁਣ ਲੱਗਦਾ ਕੋਈ ਹਾਈ ਕਮਾਂਡ ਇੰਟਰਸਟ ਲੈ ਰਹੀ ਆ ਵੱਡਾ ਦੇਖੋ ਕਾਂਗਰਸ ਦਾ ਹਾਲ ਏ ਆ ਅੱਗਾ ਦੌੜ ਪਿੱਛਾ ਚੌੜ ਅੱਗੇ ਅੱਗੇ ਤਾਂ ਬਹੁਤ ਸਾਰਾ ਕੁਝ ਹੋ ਰਿਹਾ ਪਿੱਛੇ ਪਿੱਛੇ ਚੀਜ਼ਾਂ ਇਸ ਤਰ੍ਹਾਂ ਹੋ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗਾਂ ਕਰ ਕਰਕੇ ਵਿਧਾਇਕਾਂ ਨੂੰ ਆਪਣੇ ਘਰ ਬਲਾ ਬਲਾ ਕੇ ਮੰਤਰੀਆਂ ਨੂੰ ਬਲਾ ਬਲਾ ਕੇ ਥੋੜਾ ਜਿਹਾ ਮਸਲਾ ਸੈਟਲ ਕੀਤਾ ਨਾਲ ਤਿੰਨ ਮੈਂਬਰੀ ਕਮੇਟੀ ਬਣ ਗਈ ਅੱਜ ਫਰੰਟ ਖੁੱਲ ਗਿਆ ਮਨਪ੍ਰੀਤ ਬਾਦਲ ਦੇ ਖਿਲਾਫ ਇੰਟਰਨਲ ਪੋਲਿਟਿਕਸ ਹਾਲਾਂਕਿ ਕੈਪਟਨ ਵਾਲਾ ਫਰੰਟ ਮਨਪ੍ਰੀਤ ਵਾਲਾ ਫਰੰਟ ਇਹ ਅਲੱਗ-ਅਲੱਗ ਮਸਲੇ ਆ ਇਹਦੇ 'ਚ ਇਹ ਹੁੰਦਾਗਾ ਕਿ ਕਈ ਵਾਰ ਕਿਸੇ ਨੂੰ ਸੈੱਟ ਕਰਨਾ ਹੋਵੇ ਦੂਜਾ ਧੜਾ ਉਹਦੇ ਖਿਲਾਫ ਇਹ ਕਰਾ ਦਿੰਦਾ ਸਾਨੂੰ ਪਤਾ ਅੱਜ ਇੱਕ ਧੜਾ ਮਨਪ੍ਰੀਤ ਬਾਦਲ ਜਿਹੜਾ ਖਿਲਾਫ ਆ ਉਹ ਲੱਗਿਆ ਹੋਇਆ ਸੀ ਇਸ ਮਸਲੇ ਦੇ ਉੱਤੇ ਕੈਪਟਨ ਦੇ ਖਿਲਾਫ ਜਿਹੜਾ ਧੜਾ ਉਹ ਕੈਪਟਨ ਦੇ ਖਿਲਾਫ ਲੱਗਿਆ ਹੋਇਆ ਸੀਗਾ ਪਰ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਮਲਕਾਰਗੁਣ ਖੜਗੇ ਜਿਹੜੇ ਲੀਡਰ ਹੋ ਆਪੋਜੀਸ਼ਨ ਰਹੇ ਨੇ ਲੋਕ ਸਭਾ ਦੇ ਅੰਦਰ ਵੀ ਹੁਣ ਰਾਜ ਸ ਔਰ ਨਾਲ ਦੀ ਨਾਲ ਹੀ ਮਹਾਰਾਸ਼ਟਰ ਦੇ ਵੱਡੇ ਦਲਿਤ ਲੀਡਰ ਨੇ ਔਰ ਜੈ ਪ੍ਰਕਾਸ਼ ਅਗਰਵਾਲ ਗਾਂਧੀ ਪਰਿਵਾਰ ਦੇ ਖਾਸਮ ਖਾਸ ਖੜਗੇ ਵੀ ਗਾਂਧੀ ਪਰਿਵਾਰ ਦੇ ਖਾਸਮ ਖਾਸ ਹਰੀ ਸ਼ਰਾਵਤ ਵੀ ਇਸ ਕਮੇਟੀ ਦੇ ਅੰਦਰ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਇਹ ਕਮੇਟੀ ਹੁਣ ਕਰੇਗੀ ਕੀ ਸਭ ਦੇ ਮਨਚੇ ਸਵਾਲ ਹੈ ਅਸਲ 'ਚ ਕਮੇਟੀ ਕਿਹਨੇ ਗਠਿਤ ਕੀਤੀ ਹੈਗੀ ਗਾਂਧੀ ਪਰਿਵਾਰ ਨੇ ਤੇ ਗਾਂਧੀ ਪਰਿਵਾਰ ਨੇ ਹੀ ਸਭ ਕੁਝ ਕਰਨਾ ਕਾਂਗਰਸ ਦੇ ਅੰਦਰ ਗਾਂਧੀ ਪਰਿਵਾਰ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਗਾਂਧੀ ਪਰਿਵਾਰ ਜੋ ਡਿਸਾਈਡ ਕਰਦਾ ਉਹ ਹੀ ਕਾਂਗਰਸ ਦੇ ਅੰਦਰ ਹੁੰਦਾ ਯਾਨੀ ਕਮੇਟੀ ਹੈ ਜਿਹੜੀ ਉਹ ਸਿਰਫ ਦਿਖਾਉਣ ਲਈ ਹੈ ਕਮੇਟੀ ਸਿਰਫ ਫੀਡਬੈਕ ਲਏਗੀ ਉਹ ਫੀਡਬੈਕ ਲਿਜਾ ਕੇ ਦਿੱਤਾ ਜਾਏਗਾ ਕਰਨਾ ਸਭ ਕੁਝ ਗਾਂਧੀ ਪਰਿਵਾਰ ਨੇ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਕਮੇਟੀ ਤੋਂ ਬਾਅਦ ਵੀ ਕੋਈ ਨਵੀਆਂ ਡਿਵੈਲਪਮੈਂਟ ਹੋਣ ਯਾਨੀ ਕੋਈ ਹੋਰ ਨਵੀਂ ਚਰਚਾ ਖੜੀ ਹੋਵੇ ਕੋਈ ਹੋਰ ਨਵੀਂ ਜਿਹੜੀ ਇਨਵੈਸਟੀਗੇਸ਼ਨ ਜਾਂ ਕਈ ਇਹ ਫੀਡਬੈਕ ਲਏ ਜਾਣ ਯਾਨੀ ਕਾਂਗਰਸ ਆਪਣੇ ਲੈਵਲ ਤੇ ਹਾਈ ਕਮਾਂਡ ਜਿਸ ਤਰੀਕੇ ਨਾਲ ਸਾਰੇ ਮਸਲੇ ਨੂੰ ਜਾਂਚ ਪਰਖ ਰਹੀ ਸੀਗੀ ਔਰ ਨਾਲ ਦੀ ਨਾਲ ਹੀ ਹੋਰ ਜ਼ਿਆਦਾ ਫੀਡਬੈਕ ਵੀ ਕੋਈ ਉੱਚ ਪੱਧਰ ਤੌਰ ਤੇ ਲਿਆ ਜਾ ਸਕਦਾ ਹੈਗਾ ਤਾਂ ਕਾਂਗਰਸ ਨੂੰ ਪਤਾ ਹੈ ਕਿ ਚੋਣਾਂ ਨੇੜੇ ਨੇ ਚੋਣਾਂ ਚ ਅਸੀਂ ਜਿੱਤਣਾ ਕਿਵੇਂ ਆ ਉਹਦੇ ਲਈ ਹਰ ਪਾਰਟੀ ਰਣਨੀਤੀ ਘੜਦੀ ਹੈ ਤਾਂ ਉਹਦੇ ਜਿਹੜਾ ਪਹਿਲਾ ਫਾਰਮੂਲਾ ਸੀ ਕਿ ਸਿੱਧੂ ਪਲੱਸ ਕੈਪਟਨ ਫਾਰਮੂਲਾ ਸਿੱਧੂ ਪਲੱਸ ਕੈਪਟਨ ਫਾਰਮੂਲੇ ਚ ਸਿੱਧੂ ਕੈਪਟਨ ਨੂੰ ਫਿੱਟ ਨਹੀਂ ਕਰਨਾ ਚਾਹੁੰਦੇ ਸੀਗੇ ਹੁਣ ਸਿੱਧੂ ਬੈਠੇ ਨੇ ਤੇ ਕੈਪਟਨ ਵੀ ਬੈਠੇ ਨੇ ਦੋਵਾਂ ਨੇ ਇੱਕ ਦੂਜੇ ਖਿਲਾਫ ਲਕੀਰ ਖਿੱਚ ਦਿੱਤੀ ਐ ਮੇਨ ਮਸਲਾ ਤਾਂ ਉਹ ਆ ਉਹ ਤੋਂ ਲਾਵਾ ਬਾਕੀ ਜਿਹੜੀ ਪੋਲਰਾਈਜੇਸ਼ਨ ਹੋਈ ਇੱਕ ਧੜਾ ਤਾਂ ਪਤਿ ਆਪਾਂ ਨੂੰ ਪੰਜਾਬ 'ਚ ਰਾਹੁਲ ਗਾਂਧੀ ਦਾ ਧੜਾ ਗਾ ਕੁਝ ਜਿਹੜੇ ਡਾਇਰੈਕਟਲੀ ਸੋਨੀਆ ਗਾਂਧੀ ਦੇ ਨਾਂ 'ਤੇ ਟੱਚ ਨੇ ਰਾਹੁਲ ਗਾਂਧੀ ਦਾ ਧੜਾ ਅੱਜ ਰਾਜਾ ਵੜਿੰਗ ਮੈਨੂੰ ਮਿਲੇ ਕਹਿੰਦੇ ਇੱਕ ਹੋਣਗੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਕੀ ਲੱਗਦਾ ਤੇ ਦੇਖੋ ਰਾਜਨੀਤੀ ਦੇ ਅੰਦਰ ਜੋ ਕਿਹਾ ਜਾਂਦਾ ਉਹ ਹੁੰਦਾ ਰਾਜਨੀਤੀ ਜੋ ਨਜ਼ਰ ਆਉਂਦਾ ਹੁੰਦਾ ਉਹ ਹੁੰਦਾ ਨਹੀਂ ਐ ਜੋ ਹੁੰਦਾ ਉਹ ਨਜ਼ਰ ਨਹੀਂ ਆਉਂਦਾ ਰਾਜਨੀਤੀ ਦੇ ਅੰਦਰ ਹਮੇ ਜਿਹੜੀਆਂ ਦਾ ਬੰਦੇ ਨੂੰ ਵੀ ਪਤਾ ਹੁੰਦਾਗਾ ਕਿ ਮੈਂ ਵੈਸੀ ਦੇ ਰਿਆਂਗਾ ਜੋ ਕਰਨਾ ਨਹੀਂ ਹੁੰਦਾ ਉਹ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਯਾਨੀ ਤੁਸੀਂ ਰਾਜੇ ਵੜਿੰਗ ਦੀ ਜਾਂ ਜਿਹੜਾ ਰਾਹੁਲ ਦਾ ਧੜੇ ਦੀ ਸਟੇਟਮੈਂਟ ਤੇ ਨਹੀਂ ਜਾ ਰਹੇ ਜਿਹੜੀਆਂ ਕਹਿੰਦੇ ਨੇ ਮੀਟਿੰਗਾਂ ਹੋਣੀਆਂ ਬੰਦ ਹੋ ਗਈਆਂ ਮੀਟਿੰਗਾਂ ਲਗਾਤਾਰ ਅਲੱਗ-ਅਲੱਗ ਲੈਵਲ ਤੇ ਚੱਲ ਰਹੀਆਂ ਨੇ ਮੀਟਿੰਗ ਦਾ ਮਤਲਬ ਕੋਈ ਨਹੀਂ ਦਾ ਮੀਟਿੰਗ ਜੇ ਕਹਿੰਦੇ ਜੀ ਮੀਟਿੰਗ ਕਾਦੀ ਸੀ ਜੀ ਅਸੀਂ ਤਾਂ ਬੈਠੇ ਸੀ ਭਾਈ ਬੈਠੇ ਸੀ ਤੁਸੀਂ ਕੌਣ ਬੈਠੇ ਹੋ ਕਿਵੇਂ ਬੈਠੇ ਹੋ ਕੀ ਗੱਲ ਕਰ ਮੀਟਿੰਗ ਦਾ ਮਤਲਬ ਮਿਲਣਾ ਜਿਹੜੇ ਕਹਿੰਦੇ ਜੀ ਮੀਟਿੰਗਾਂ ਦੀ ਖਬਰ ਚਲਾ ਦਿੰਦੇ ਹੋ ਮੀਟਿੰਗਾਂ ਦਾ ਮਤਲਬ ਮਿਲਣਾ ਕੀ ਜਦੋਂ ਤੁਸੀਂ ਮਿਲਦੇ ਹੋ ਉੱਥੇ ਗੱਲ ਨਹੀਂ ਹੁੰਦੀ ਬੇਅਦਵੀ ਦੇ ਮਸਲੇ ਤੇ ਬਿਲਕੁਲ ਹੁੰਦੀ ਹੈ ਅਸੀਂ ਕੱਲੀ-ਕੱਲੀ ਨਾਂ ਲੈ ਕੇ ਦੱਸ ਸਕਦੇ ਹਾਂ ਅਗਰ ਕਿਸੇ ਨੂੰ ਹਰ ਥਾਂ ਦੇ ਉੱਤੇ ਕਿਹੜੀ ਗੱਲ ਹੁੰਦੀ ਹੈ ਕਿਵੇਂ ਹੁੰਦੀ ਹੈ ਕਿੜੀਆਂ-ਕਿਹੜੀਆਂ ਥਾਵਾਂ ਤੇ ਕਿੰਨੇ-ਕਿੰਨੇ ਵਜੇ ਕਿਹੜੇ-ਕਿਹੜੇ ਮੰਤਰੀਆਂ ਦੇ ਘਰੇ ਕਿੜੇ-ਕਿਹੜੇ ਫਲੈਟਾਂ ਦੇ ਅੰਦਰ ਮਿਲਦੇ ਨੇ ਸਾਰੇ ਐਮਐਲਏ ਸਾਰੇ ਮੰਤਰੀ ਉਹ ਵੀ ਪਤਾ ਉਹ ਵੱਖਰੀ ਗੱਲ ਹੈ ਕਿ ਕੈਪਟਨ ਦਾ ਵੀ ਇੱਕ ਧੜਾ ਹੈਗਾ ਉਹ ਕੈਪਟਨ ਨੂੰ ਵੀ ਪਤਾ ਕੈਪਟਨ ਦੇ ਧੜੇ ਨੂੰ ਵੀ ਪਤਾ ਕਿ ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਕੈਪਟਨ ਦੇ ਨਾਲ ਜਿਹੜੇ ਉਹਦੇ ਖਾਸ ਉਹਨਾਂ ਨੂੰ ਮੈਨੇਜ ਕਰਨ ਦੇ ਲਈ ਡਿਊਟੀਆਂ ਭਰਤਿੰਦਰ ਚਾਹਲ ਦੀਆਂ ਲਾਈਆਂ ਗਈਆਂ ਉਹ ਵੀ ਸਾਰਾ ਕੁਝ ਹੋਇਆ ਪਰ ਮੇਜਰ ਗੱਲ ਕੀ ਹੈ ਮੇਜਰ ਗੱਲ ਹੁਣ ਇਹ ਹੀ ਹੈ ਕਿ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਕੈਪਟਨ ਤੇ ਸਿੱਧੂ ਸੇਮ ਪੇਜ ਤੇ ਆ ਸਕਦੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਦੂਜੀ ਗੱਲ ਇਹ ਹੈ ਕਿ ਜੇ ਨਹੀਂ ਇਹ ਫਾਰਮੂਲਾ ਫਿੱਟ ਬੈਂਦਾ ਤਾਂ ਅਗਲਾ ਫਾਰਮੂਲਾ ਕੀ ਹੋਏਗਾ ਅਗਲਾ ਫਾਰਮੂਲਾ 3 ਮੈਂਬਰੀ ਕਮੇਟੀ ਨੇ ਡਿਸਾਈਡ ਨਹੀਂ ਕਰਨਾ ਅਗਲੇ ਫਾਰਮੂਲੇ ਨੂੰ ਡਿਸਾਈਡ ਗਾਂਧੀ ਪਰਿਵਾਰ ਕਰੇਗਾ ਤੇ ਗਾਂਧੀ ਪਰਿਵਾਰ ਚ ਜਿਹੜਾ ਕਹੀ ਜਾਂਦਾ ਰਾਹੁਲ ਤੇ ਪ੍ਰਿੰਕਾ ਕੈਪਟਨ ਦੇ ਖਿਲਾਫ ਨੇ ਸੋਨੀਆਂ ਦੀ ਉਹਨਾਂ ਨਾਲ ਠੀਕ ਹੈਗੀ ਤਾਂ ਹੁਣ ਉਹ ਕੌਣ ਕਿਹਦੇ ਪੱਖ ਚ ਆ ਕੇ ਖੜੂਗਾ ਇਥੋਂ ਸਾਰੀਆਂ ਚੀਜ਼ਾਂ ਤੈਹ ਹੋਣੀਆਂ ਨੇ ਔਰ ਥੱਲੇੜੇ ਲੈਵਲ ਤੇ ਤੁਸੀਂ ਦੇਖੋ ਮਲਕਰ ਜਰੂਨਾ ਖੜਗੇ ਨੂੰ ਕਿਉਂ ਭੇਜਿਆ ਗਿਆ ਦਲਿਤ ਚਿਹਰਾ ਨੇ ਵੱਡਾ ਜਿਹੜਾ ਮੈਂ ਕਹਿ ਰਿਆਂ ਔਰ ਦਲਤਾਂ ਦੇ ਅੰਦਰ ਇਥੇ ਬਹੁਤ ਸਾਰੇ ਪੱਤੇ ਸੁਖਵੀਰ ਬਾਦਲ ਵੀ ਖੇਡੇ ਨੇ ਵੀ ਖੇਡੇ ਔਰ ਦਲਤਾਂ ਦੇ ਅੰਦਰ ਬੀਜੇਪੀ ਕਹਿ ਰਹੀ ਅਸੀਂ ਸੀਐਮ ਬਣਾ ਦਾਂਗੇ ਤੇ ਦਲਤਾਂ ਦੇ ਅੰਦਰ ਹੀ ਇਥੇ ਵੀ ਬਹੁਤ ਵੱਡੇ ਪਦਰ ਤੇ ਚੰਨੀ ਹੈ ਜੇ ਆਪਾਂ ਦੇਖੀਏ ਚਰਨਜੀਤ ਚੰ ਦਲਿਤ ਭਾਈਚਾਰੇ ਤੋਂ ਹੁੰਦੇ ਨੇ ਉਹਨਾਂ ਨੇ ਹੀ ਜਿਹੜਾ ਮੇਨ ਮੋਰਚੇ ਖੋਲਣ ਦੀ ਭੂਮਿਕਾ ਨਿਭਾਈ ਹੈ ਤਾਂ ਜਿਹੜੀਆਂ ਥਲੜੀਆਂ ਭਾਵਨਾਵਾਂ ਨੂੰ ਸੁਣਨ ਦੀ ਗੱਲ ਜਿਹੜੀ ਹੈਗੀ ਇਸੇ ਕਰਕੇ ਖੜਗੇ ਨੂੰ ਕਮੇਟੀ ਚ ਪਾਇਆ ਗਿਆ ਕਿ ਭਾਈ ਦਲਿਤ ਭਾਈਚਾਰੇ ਦੇ ਖਾਸ ਤੌਰ ਤੇ ਕਿਉਂਕਿ ਹਮੇਸ਼ਾ ਤੁਸੀਂ ਹੁੰਦਾਗਾ ਇਹ ਆਪਾਂ ਜਿੰਨਾ ਮਰਜ਼ੀ ਕਹੀ ਆਮ ਤੌਰ ਤੇ ਕਿਹਾ ਜਾਂਦਾ ਸੈਕੂਲਰ ਡੈਮੋਕ੍ਰੇਸੀ ਦੇ ਅੰਦਰ ਕੀ ਚੀਜ਼ਾਂ ਨਹੀਂ ਹੁੰਦੀ ਆਪਾਂ ਵੀ ਮੰਨਦੇ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਵੀ ਭਾਈਚਾਰਿਆਂ ਦੀ ਪੋਲਿਟਿਕਸ ਕਿਉਂ ਕਰਦੀਆਂ ਨੇ ਪਾਰਟੀਆਂ ਖੇਤਰ ਦੀ ਪੋਲਿਟਿਕਸ ਕਿਉਂ ਕਰਦੀਆਂ ਨੇ ਧਰਮ ਤੇ ਭਾਸ਼ਾ ਦੀ ਪੋਲਿਟਿਕਸ ਕਿਉਂ ਹੁੰਦੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਅਡਜਸਟ ਕਰਦੀ ਹੈ ਕਿਤੇ ਨਾ ਕਿਤੇ ਪ੍ਰੈਕਟੀਕਲੀ ਉਹ ਅਡਜਸਟ ਕਰਦੀ ਹੈ ਯਾਨੀ ਉਹ ਪੋਲਿਟੀਕਲ ਮਟੀਰੀਅਲ ਕੰਡੀਸ਼ਨ ਚ ਉਹ ਉਹਦੀ ਹੋਂਦ ਹੈ ਇਸੇ ਕਰਕੇ ਉੱਤੇ ਗੱਲ ਹੁੰਦੀ ਹੈ ਇਸੇ ਕਰਕੇ ਦਲਿਤ ਨੂੰ ਜਿਹੜਾ ਕਮੇਟੀ ਦਾ ਉਹ ਬਣਾਇਆ ਗਿਆਗਾ ਤਾਂ ਉਹ ਨਾਲ ਦੀ ਨਾਲ ਜਦੋਂ ਗੱਲ ਕਰਨਗੇ ਤਾਂ ਉਹ ਉਹ ਸਾਰੀਆਂ ਭਾਵਨਾਵਾਂ ਨੂੰ ਜਾਣਣਗੇ ਪਰ ਆਖਰੀ ਫੈਸਲਾ ਗਾਂਧੀ ਪਰਿਵਾਰੀ ਲਏਗਾ